ਕਹਿੰਦੇ ਧੀਆਂ ਜਿਹੜੀਆਂ ਹਰ ਇੱਕ ਜਗ੍ਹਾ 'ਚ ਅੱਗੇ ਹੁੰਦੀਆਂ ਕਿਸੇ ਵੀ ਕੰਮ 'ਚ। ਬਟਾਲਾ ਦੇ ਵਿੱਚ ਵੀ ਇੱਕ ਧੀ ਸਕੂਲ ਦੇ ਇੱਕ ਜ਼ਿਲ੍ਹੇ ਦੇ ਵਿੱਚ ਉਹ ਟੋਪਰ ਆਈ ਹੈ, ਉਹਦਾ ਨਾਮ ਮੰਨਤ ਕਾ, ਉਹਨਾਂ ਨਾਲ ਗੱਲ ਵੀ ਕਰਦੇ ਹਾਂ। ਹਾਂਜੀ ਬੇਟਾ, ਅੱਜ ਤੁਸੀਂ ਫਸਟ ਆਏ ਹੋ, ਟੋਪਰ ਆਏ ਹੋ, ਕੀ ਲੱਗਦਾ ਅੱਜ ਕਿੰਨੇ ਨੰਬਰ ਆਏ? ਮੈਨੂੰ ਬੜੀ ਖੁਸ਼ੀ ਆ ਅਤੇ ਮੇਰੇ ਨੰਬਰ 98.6% ਆਏ ਨੇ। ਮੈਂ ਜਿਹੜੀ 2023-24 ਦੇ ਸੈਸ਼ਨ ਦੇ ਵਿੱਚ ਜਿਹੜੀਆਂ ICSE ਬੋਰਡ ਦੀਆਂ 10th ਦੀ ਐਗਜ਼ਾਮੀਨੇਸ਼ਨਸ ਹੋਈਆਂ ਸਨ, ਉੱਥੇ ਮੈਂ ਬੇਰਿੰਗ ਸਕੂਲ ਦੇ ਵਿੱਚ ਐਗਜ਼ਾਮੀਨੇਸ਼ਨ ਦਿੱਤੀ ਸੀ ਅਤੇ ਮੇਰੇ ਮਾਰਕਸ ਜਿਹੜੇ ਨੇ ਬੜੇ ਵਧੀਆ ਆਏ ਨੇ। ਮੈਂ ਬੇਰਿੰਗ ਸਕੂਲ ਦੇ ਵਿੱਚ ਅਤੇ ਪੂਰੀ ਸਿਟੀ ਦੇ ਵਿੱਚ ਟੋਪ ਕੀਤਾ। ਗੇਮ ਵੀ ਮੈਂ ਰੱਖੀ ਦੀ, ਬੈਡਮਿੰਟਨ ਮੈਂ ਖੇਡਦੀ ਹਾਂ ਅਤੇ ਪੜ੍ਹਾਈ ਵੱਲ ਵੀ ਮੇਰਾ ਜਿੰਨਾ ਸਪੋਰਟਸ ਵੱਲ ਉਹ ਤੋਂ ਜ਼ਿਆਦਾ ਹੀ ਆ ਸਟੱਡੀ ਵੱਲ, ਅਤੇ ਦੋਵੇਂ ਸਾਈਡ ਮੈਂ ਜਿਹੜੀ ਮੇਨਟੇਨ ਕਰਕੇ ਰੱਖਦੀ ਹਾਂ। ਜਿਹੜਾ ਪਤਾ ਲੱਗਾ ਸਬਜੈਕਟ ਜਿਹੜੇ ਤੁਹਾਡੇ ਉਹਨਾਂ ਦੇ ਵਿੱਚ 100% ਨੰਬਰ ਤੁਸੀਂ ਲੈਂਦੇ, ਉਹ ਕਿਹੜਾ ਕਿਹੜਾ ਸਬਜੈਕਟ ਹੈ ਜਿਹੜੇ ਤੋਂ ਤੁਸੀਂ? 4 ਸਬਜੈਕਟ ਨੇ, ਪਹਿਲਾਂ ਮੇਰਾ ਹੈਗਾ ਵਾ ਸਾਇੰਸ ਦਾ ਜਿਹੜਾ ਸਬਜੈਕਟ ਹੁੰਦਾ ਵਾ ਕੈਮਿਸਟਰੀ, ਫਿਰ ਫਿਜ਼ੀਕਲ ਐਜੂਕੇਸ਼ਨ ਅਤੇ SST ਦੇ ਦੋਵੇਂ ਸਬਜੈਕਟ ਜੋਗ੍ਰਾਫੀ ਅਤੇ ਹਿਸਟਰੀ ਸਿਵਿਕਸ। ਇਹਨਾਂ ਦੇ ਜਿਹੜਾ 100% ਦਾ ਨੰਬਰ ਤੁਹਾਡੇ ਆਏ? ਹਾਂਜੀ, ਇਹਨਾਂ ਵਿੱਚੋਂ ਮੇਰੇ ਪੂਰੇ 100 out of 100 ਮਾਰਕਸ ਆਏ ਨੇ। ਘਰਦਿਆਂ ਦਾ ਕਿੱਦਾਂ ਤੁਸੀਂ ਯੋਗ ਰਹਿੰਦਾ ਫਿਰ ਪੜ੍ਹਾਈ ਦੇ ਵਿੱਚ? ਪੇਰੈਂਟਸ ਮੇਰੇ ਬਹੁਤ ਜ਼ਿਆਦਾ ਸਪੋਰਟਿਵ ਨੇ, ਭਾਵੇਂ ਉਹ ਗੱਲ ਹੋਵੇ ਗ੍ਰੈਂਡ ਪੇਰੈਂਟਸ ਤੋਂ ਲੈ ਕੇ ਪੇਰੈਂਟਸ ਤੱਕ, ਸਾਰੇ ਜਾਣੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਅਤੇ ਜਿੱਥੇ ਵੀ ਮੈਨੂੰ ਉਹਨਾਂ ਦੀ ਲੋੜ ਪੈਂਦੀ ਆ ਉਹ ਹਰ ਵਾਰੀ ਉੱਥੇ ਖੜ੍ਹੇ ਹੁੰਦੇ ਨੇ ਮੈਨੂੰ ਸਪੋਰਟ ਕਰਨ ਦੇ ਲਈ। ਬੇਟਾ ਅੱਗੋਂ ਬਣਨਾ ਕਿ ਤੁਸੀਂ? ਮੇਰਾ ਏਮ ਜਿਹੜਾ ਲਾਈਫ ਦੇ ਵਿੱਚ ਆ ਉਹ ਆ ਕਿ ਮੈਂ ਇੱਕ ਡਾਕਟਰ ਬਣਾ, ਅਤੇ ਜਿਹੜਾ ਅੱਜ ਕਿਹਦੇ ਵੱਲ ਦੇਖ ਕੇ ਦਿਲ ਕਰਦਾ ਵੀ ਤੁਸੀਂ ਡਾਕਟਰ ਬਣੋ? ਮੇਰੀ ਇੰਸਪੀਰੇਸ਼ਨ ਜਿਹੜੀ ਆ ਉਹ ਮੇਰੇ ਭੂਆ ਜੀ ਹੈਗੇ ਨੇ ਅਤੇ ਉਹ ਵੀ ਇੱਕ ਡਾਕਟਰ ਨੇ ਪੇਸ਼ੇ ਤੋਂ, ਅਤੇ ਉਹਨਾਂ ਵੱਲ ਵੇਖ ਕੇ ਮੇਰਾ ਪੂਰਾ ਹੈਗਾ ਮਨ ਕਿ ਮੈਂ ਵੀ ਡਾਕਟਰ ਬਣਾ। ਆਪਾਂ ਦਾਦਾ ਜੀ ਨੇ ਵੀ ਗੱਲ ਕਰਦੇ ਹਾਂ, ਕੀ ਨਾਮ ਤੁਹਾਡਾ? ਸੁਖਵੰਤ ਸਿੰਘ। ਮੇਰੀ ਪੋਤੀ ਟੋਪ ਆਈ ਹੈ, ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ ਹੋਈ ਹੈ, ਪੂਰਾ ਖੁਸ਼ ਹਾਂ ਮੈਂ। ਉਹ ਮੇਰੇ ਤਾਂ ਬਹੁਤ ਹੀ ਜ਼ਿਆਦਾ ਉਹਦੇ ਤੋਂ ਇੱਕਦਮ ਇਤਰਾ ਲੱਗਿਆ ਵੀ ਮੇਰੀ ਪੋਤੀ ਜਿਹੜੀ ਆ ਟੋਪ ਆਈ ਆ ਔਰ ਉਹਦੀ ਮਿਹਨਤ ਦਾ ਫਲ ਉਹਨੂੰ ਮਿਲ ਗਿਆ। ਆਪਾਂ ਦਾਦੀ ਜੀ ਨੇ ਵੀ ਗੱਲ ਕਰਦੇ ਉਹਨਾਂ ਨਾਲ। ਦਾਦੀ ਜੀ ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਸੁਰਿੰਦਰ ਕੌਰ। ਹੋਰ ਕੀ, ਫਿਰ ਖੁਸ਼ੀ ਹੋਣ ਵਾਲੀ ਗੱਲ ਹੀ, ਕੁਛ ਤਾਂ ਹੋਣਾ ਹੀ, ਬੱਚਿਆਂ ਦੀ ਮਿਹਨਤ ਦਾ ਮਿਲ ਜੇ ਉਹਨਾਂ ਨੂੰ ਪੂਰਾ ਮੌਕਾ ਵੀ ਰੱਬ ਨੇ ਦਿੱਤਾ, ਉਹਨਾਂ ਦੀ ਮਿਹਨਤ ਦਾ ਫਲ ਮਿਲ ਗਿਆ, ਬੱਚੇ ਵਧੀਆ ਨੰਬਰ ਲੈ ਕੇ ਹੋ ਗਏ, ਸਿਲੈਕਟ ਹੋਏ, ਵਧੀਆ ਨੰਬਰ ਮਿਲੇ ਨੇ ਉਹਨਾਂ ਨੂੰ, ਬੜੀ ਇਸ ਤੋਂ ਵੱਡੀ ਹੋਰ ਖੁਸ਼ੀ ਹੋ ਕੀ ਸਕਦੀ? ਬੱਚੇ ਕਾਮਯਾਬ ਹੋਣ ਤਾਂ ਫਿਰ ਇਸ ਤੋਂ ਵੱਡੀ ਹੋਰ ਖੁਸ਼ੀ ਕੋਈ ਨਹੀਂ, ਹੈ ਨਾ। ਮੰਮਾ ਨਾਲ ਵੀ ਗੱਲ ਕਰਦੇ ਹਾਂ ਆਪਾਂ ਵੀ, ਉਹਨਾਂ ਦਾ ਕਿੰਨਾ ਕੁ ਸਹਿਯੋਗ ਸੀ ਕਿਉਂਕਿ ਬੇਟੀ ਜਿਹੜੀ ਇੱਕ ਟੋਪਰ ਆਈ ਹੈ ਜ਼ਿਲ੍ਹੇ ਦੇ ਵਿੱਚੋਂ। ਹਾਂਜੀ ਭੈਣ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਅਮਨਦੀਪ ਜੀ ਭਾਅ ਜੀ। ਅਤੇ ਨਹੀਂ, ਬਹੁਤ ਖੁਸ਼ੀ ਹੋਈ ਮੈਨੂੰ ਕਿ ਮੇਰੀ ਬੇਟੀ ਨੇ ਜਿੰਨੀ ਮਿਹਨਤ ਕੀਤੀ ਸੀ ਉਹਦਾ ਉਹਨੂੰ ਫਲ ਮਿਲ ਗਿਆ ਵਾ, ਅਤੇ ਬੜੀ ਮਿਹਨਤ ਕੀਤੀ ਉਹਨੇ ਸਾਰਾ ਸਾਲ, ਅਤੇ ਚਲੋ ਖੁਸ਼ ਆ ਹੁਣ ਕਿ ਟੋਪ ਕਰ ਲਿਆ ਉਹਨੇ ਜ਼ਿਲ੍ਹੇ 'ਚ। ਜ਼ਿਆਦਾ ਤੇ ਝੁਕਾਵ ਜਿਹੜਾ ਪੜ੍ਹਾਈ ਵੱਲ ਆ, ਖੇਡਾਂ 'ਤੇ ਉਹ ਥੋੜ੍ਹਾ ਆਪਣੇ, ਅਤੇ ਬਾਕੀ ਉਹਦਾ ਧਿਆਨ ਜਿਹੜਾ ਸਾਰਾ ਖੇਡ ਪੜ੍ਹਾਈ ਵੱਲ ਹੀ ਆਪਣੇ ਵੱਲ। ਮੈਨੂੰ ਤਾਂ ਬਹੁਤ ਖੁਸ਼ੀ ਹੋਈ, ਮੈਂ ਇਹ ਤਾਂ ਸਕੂਲ ਗਈ ਸੀ ਅਤੇ ਪਿੱਛੋਂ ਮੈਂ ਰਿਜ਼ਲਟ ਵੇਖਿਆ ਅਤੇ ਮੇਰੀ ਤਾਂ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਸੀ ਕਿ ਮੈਂ ਜਾ ਕੇ ਅਤੇ ਮੈਂ ਸ਼ੇਸ਼ੇ ਦੇ ਆਪਣੀ ਬੇਟੀ ਨੂੰ ਦੱਸਾਂ ਕਿ ਤੂੰ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਟੋਪ ਕਰਕੇ ਅਤੇ ਪਾਸ ਹੋਈ ਹਾਂ। ਹਾਂਜੀ, ਇਹ ਸੁਣਿਆ ਤੁਸੀਂ ਉਹਨਾਂ ਦੇ ਪਰਿਵਾਰ ਨੂੰ, ਪਰਿਵਾਰ 'ਚ ਇੰਨੀ ਕੁ ਖੁਸ਼ੀ ਹੈ ਵੀ ਬੇਟੀ ਜਿਹੜੀ ਟੋਪਰ ਆਈ ਆ, ਵੀ ਉਹਨਾਂ ਦੀ ਮੈਂ ਬਟਾਲਾ ਤੋਂ ਵੇਖੀ, ਮਤਲਬ